ਵਲੌਗ ਚ ਪੈਸੇ ਮੰਗਣੇ ਸ਼ੁਰੂ ਕਰਦੇ ਦੇਣਗੇ ਲੋਕੀ ਤੈਨੂੰ। ਅੱਛਾ ਦਿਓ ਦਿਓ ਵੀਰੇ। ਵੀਡੀਓ ਬਣਾਉਂਦਾ ਤੇਰੀ ਕੈਮਰੇ ਚ ਲੈ ਕੇ ਲੋਕੀ ਨੇ ਬੁਲਾਉਂਦੇ ਆ ਸੁੱਖ ਸੁੱਖ ਕਹਿ ਕੇ ਸੁੱਖ ਸੰਕੇੜਾ। ਕੀ ਹਾਲ ਜੀ? ਅੱਛਾ ਹੁਣ ਭਾਜੀ ਬਣਾਇਆ ਕਰਨ ਗੋਰਾ ਭਾਜੀ। ਹੈਲੋ ਹੈਲੋ ਏ ਕਿੱਦਾਂ ਜੀ? ਸਤਿ ਸ਼੍ਰੀ ਅਕਾਲ ਸਾਰ। ਸਾਰਿਆਂ ਤੋਂ ਪਹਿਲਾਂ ਬਿੱਟੂ ਸਤਿ ਸ਼੍ਰੀ ਅਕਾਲ ਜੀ। ਬਿੱਟੂ ਨੇ ਬੰਦਾ ਹਾਇਰ ਕਰ ਲਿਆ ਵਲੌਗ ਬਣਾਉਣ ਵਾਸਤੇ। ਤਰੱਕੀ ਹੋ ਗਈ ਬਿੱਟੂ ਦੀ। ਸ਼ੂਟ ਕਰ ਰਹੇ ਹਾਂ ਸ਼ਾਹ ਜੀ ਸੌਂਗ। ਸਾਡਾ ਨੈਕਸਟ ਸ਼ੋਟ ਇੱਥੇ ਲਾ ਲਓ, ਕਾਰਾਂ ਦੀ ਟ੍ਰਿਪ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਕੀ ਕਰ ਰਹੇ ਹਾਂ ਜੀ ਆਪਾਂ? ਅਸੀਂ ਜੀ ਸ਼ੂਟ ਚੱਲ ਰਿਹਾ ਸੌਂਗ ਪ੍ਰੇਮ ਢਿੱਲੋਂ ਅਤੇ ਸਨੈਪੀ ਦਾ ਮਿਊਜ਼ਿਕ। ਸੈਨਵੀ ਦਾ ਮਿਊਜ਼ਿਕ? ਸੈਨਵੀ ਦਾ, ਸਨੈਪੀ ਦਾ, ਸਨੈਪੀ ਦਾ ਹੈ। ਔਰ ਐਡਿਟਰ ਮੋਂ ਟੈਕ ਰਹੇ ਨੂੰ ਸਨੈਪੀ ਦਾ ਕਿਸ ਨਾਮ ਵੀ ਮੈਂ ਕਿਤੇ ਕਹਿੰਦਾ ਸੈਨਵੀ। ਸਨੈਪੀ ਤੋਂ ਇਸ ਕੰਟੈਂਟ ਦਾ ਪ੍ਰਮੋਸ਼ਨ ਦੇ ਲਈ ਉਹ ਕੀ ਹੁੰਦੇ ਆ ਪੇਮੈਂਟ ਪੜ ਲਿਓ, ਸੌਦਾ ਬਲਦਾ ਦੇ ਦਿਓ। ਸੈਨਵੀ ਦਾ ਵੀ ਥੋੜਾ ਜਿਹਾ ਬਣਦਾ ਤਾਂ ਹਿੱਸਾ। This is the girl. I'm a girl. This is the girl. This is the female artist. This is the woman. This is the lady. और ये अपना घास फूस खा रहे हैं यहाँ पे। ऐसे हाथ में से हाथ लगा के थोड़ी ना खाते हैं, ऐसे खाते हैं। नहीं फिर वीडियो कौन बनाएगा? उधर उधर कोई देख देख के मन कर रहा है किसी का। बड़ा हेल्थी है यार। इना हेल्थी ऐसी अफोर्ड नहीं कर सकते। ਸਾਡੇ ਅੰਦਰ ਆਰਗੈਨਸ ਜਿਹੜੇ ਹੈਗੇ ਆ ਉਹ ਇੰਨਾ ਹੈਲਥੀ ਡਾਈਜੈਸਟ ਨਹੀਂ ਕਰਦੇ। ਆਪਾਂ ਪਹਿਲੀ ਅਸਲ ਕਹਾਣੀ ਤਾਂ ਦਿਮਾਗ 'ਚ ਫੂਟਦੀ ਹੋਈ ਆ ਅਤੇ ਵੈਸੇ ਆਪਾਂ ਪ੍ਰੇਮ ਢਿੱਲੋਂ ਸਾਹਿਬ ਅਗੇਨ ਆਪਣੇ ਬਾਲਾਂ ਨੂੰ ਸ਼ਿੰਗਾਰਦੇ ਹੋਏ ਥੱਲੇ ਉੱਪਰ ਲੈਣਾ ਸ਼ਾਟ। ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਜੀ ਉੱਪਰ। ਸਵੇਰ ਦਾ ਆਇਆ ਵੀਰ, ਉਹ ਆਪਦਾ ਪੱਕਾ ਟਾਈਮ ਦਾ ਪੱਕਾ। ਅਸੀਂ ਤੁਹਾਡਾ ਸਵੇਰ ਦਾ ਇੰਤਜ਼ਾਰ ਕਰ ਰਹੇ ਹਾਂ। ਸ਼ੁਕਰਗੁਜ਼ਾਰ ਹਾਂ ਤੁਹਾਡੇ। ਆਹ ਸਾਡੇ ਮੇਕਅਪ ਆਰਟਿਸਟ ਨੇਗੇ। ਸੋਹਣੀ ਪ੍ਰੋਡਕਸ਼ਨ ਕਿਸੇ ਦੀ ਨਹੀਂ ਹੁੰਦੀ ਇੱਦਾਂ। ਕੁਰਸੀਆਂ ਰਿਲੈਕਸ ਕਰਨ ਦੇ ਲਈ ਦੇਖ ਲਾਕ। ਉੱਧਰ ਦੇਖੋ ਜੇ ਕਿਸੇ ਨੇ ਸ਼ਿਟ ਸ਼ਿਟ ਲਾਉਣੀ ਹੈ ਲਾ ਵੀ ਸਕਦੇ ਹਾਂ। ਇਹ ਦੇਖੋ ਜੀ ਭਾਅ ਜੀ ਬਹੁਤ ਸ਼ੌਂਕੀ ਨੇ ਜਿਨ੍ਹਾਂ ਦੇ ਆਪਾਂ ਘਰ ਸ਼ੂਟ ਕਰ ਰਹੇ ਹਾਂ। ਉਹਨਾਂ ਨੇ ਬਹੁਤ ਸੋਹਣੀ ਬੀਅਰ ਬਾਰ ਬਣਾਈ ਹੋਈ ਆਪਣੀ ਬੇਸਮੈਂਟ ਦੇ ਵਿੱਚ ਰਿਲੈਕਸ ਕਰਨ ਦੇ ਲਈ ਆਹ ਬਣਾਇਆ ਹੋਇਆ ਹੈਗਾ। ਅਤੇ ਉੱਧਰ ਸਿਨੇਮਾ ਭਾਈ ਵਲੌਗ ਬਣਾ ਰਹੇ ਹਾਂ ਜੀ। ਹਾਂਜੀ ਹਾਂ, ਅਤੇ ਬਹੁਤ ਸੋਹਣੀ ਕਲੈਕਸ਼ਨ ਜੀ, ਬਹੁਤ ਘੈਂਟ। ਥੈਂਕ ਯੂ ਮਹਾਰਾਜ ਜੀ। ਆਹ 1942 ਤੋਂ ਲੈ ਕੇ 52 ਥਾਈ ਨੇ ਸਾਰੀਆਂ। ਇਹ ਹੋਊਗੀ 42, 45 ਦੀ, 42 ਦੀ, 43 ਦੀ, ਉਹ ਹੈਗੀ 46 ਅਰਾਊਂਡ ਵਰਲਡ ਵਾਰ 2 ਦੇ 5-6 ਵਰਲਡ ਵਾਰ 2 ਦੀਆਂ ਨੇ, ਬਾਕੀ ਸਾਰੀਆਂ 45 ਦੇ ਬਾਅਦ ਦੀਆਂ ਨੇ।
ਜਦੋਂ ਆਪਾਂ ਨਾ ਆਪਣੇ ਵਲੌਗ ਵਾਸਤੇ ਬਹੁਤ ਇੱਕ ਵਧੀਆ ਚੀਜ਼ ਹੋਈ ਸੋ ਇਦਾਂ ਅਸੀਂ ਵੀ ਸ਼ੂਟ ਸਾਡਾ ਡਨ ਹੋਇਆ ਸੀਗਾ ਤੇ ਆਪਣੇ ਮੇਕਅਪ ਆਰਟਿਸਟ ਤੁਹਾਨੂੰ ਮਿਲਵਾਇਆ ਸੀਗਾ ਹਨਾ ਤੇ ਇਹ ਲਾਈਵ ਹੋਏ ਹੋਏ ਸੀਗੇ ਤੇ ਮੈਂ ਇਦਾਂ ਜਿੱਦਾਂ ਫੋਨ ਫੜਿਆ ਇਦਾਂ ਫੋਨ ਫੜਿਆ ਹੋਇਆ ਸੀਗਾ ਤੇ ਐਂ ਕਰਕੇ ਲਾਈਵ ਹੋ ਕੇ ਗੱਲਾਂ ਮਾਰ ਰਹੇ ਸੀ ਆਪਣੇ ਫੈਨਸ ਦੇ ਨਾਲ ਤੇ ਉਧਰੋਂ ਸਾਡੇ ਡੱਡੂ ਸਾਹਿਬ ਆਏ ਤੇ ਉਹਨਾਂ ਨੇ ਆ ਕੇ ਮਿੱਠੀਆਂ ਮਿੱਠੀਆਂ ਇਹਨਾਂ ਨੂੰ ਗਰਮ ਗਰਮ ਗਾਲਾਂ ਭਰਾਈਆਂ ਕਿਉਂਕਿ ਇਹਨਾਂ ਨੇ ਗਲਤੀ ਕੀਤੀ ਸੀਗੀ ਕੋਈ ਤੇ ਮੈਂ ਵੀ ਲਾਈਵ ਕੱਟਿਆ ਨੀ ਮੈਂ ਥੱਲੇ ਕਮੈਂਟ ਪੜਨ ਲੱਗ ਗਿਆ हेलो गुड मॉर्निंग फोल्क्स फोल्क ਤਾਂ ਕਿੱਥੇ ਕਾਹਦਾ ਫੋਲਕ ਫੋਲਕਸ ਸੋ ਅਸੀਂ ਕੱਲ ਜੀ ਸਾਡਾ ਅੱਜ ਹੈਗਾ ਡੇ 2:30 ਕੱਲ ਦਾ ਦਿਨ ਬਹੁਤ ਵਧੀਆ ਰਿਹਾ ਤੇ ਇਟ ਵਾਸ ਫਨ ਤੇ ਜਿੱਦਾਂ ਤੁਸੀਂ ਦੇਖਿਆ ਬਿੱਟੂ ਹੁਣਾਂ ਨੇ ਕਾਫੀ ਹਰਕਤਾਂ ਕੀਤੀਆਂ ਕੱਲ ਤੇ ਹੋਰ ਕੀ ਸੁਣਾਓ ਯਾਰ ਅੱਜ ਗੱਲ ਨਹੀਂ ਆ ਰਹੀ ਹਾਂਜੀ ਕਿੱਧਰ ਅਸੀਂ ਵਾਰਮ ਅਪ ਹੋ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਡਾ ਅੱਜ ਤੀਜਾ ਦਿਨ ਆ ਜੀ ਸ਼ੂਟ ਦਾ ਤੇ ਬਹੁਤ ਵਧੀਆ ਰਿਹਾ ਸ਼ੂਟ ਤੇ ਕਿੱਦਾਂ ਆਪਾਂ ਕੀ ਹਾਲ ਆ ਸਾਰੇ ਅੱਜ ਹਾਲੀ ਗੱਲ ਹੀ ਨਹੀਂ ਆ ਰਹੀ ਆਹ ਦੇਖੋ ਕਿਸੇ ਨੇ ਬ੍ਰੈਡ ਖਾ ਕੇ ਸੁੱਟ ਦਿੱਤੀ ਹੈ ਤੇ ਅਸੀਂ ਉਸ ਤੋਂ ਅੱਗੇ ਸੁੱਟ ਦਿੱਤੀ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨੱਕ 'ਚ ਘਾਹ ਵੜੀ ਜਾਂਦਾ ਸੋ ਇਹ ਮੁੰਡਾ ਮਿਹਨਤ ਕਰ ਰਿਹਾ ਕਹਿੰਦਾ ਮੈਂ ਬਾਡੀ ਬਣਾਉਣੀ ਹੈਗੀ ਆ ਮੈਨੂੰ ਤਾਂ ਜਿਮ ਲਾਏ ਨੂੰ 3 ਮਹੀਨੇ ਹੋ ਗਏ ਅਸੀਂ ਦੁਬਈ ਚਲੇ ਗਏ ਸੀਗੇ ਸਿੱਧੂ ਬਾਈ ਦੇ ਸ਼ੂਟ ਕਰਨ ਅਤੇ ਉਦੋਂ ਬਾਅਦ ਵਿੱਚ ਉੱਥੇ ਖਾਧਾ ਪੀਤਾ ਗੰਦ ਮੰਦ ਸਾਰਾ ਪੀਜ਼ੇ ਪੂਜ਼ੇ ਅਤੇ ਢਿੱਡ ਭਰਾ ਹੋ ਗਿਆ ਅੱਜ ਤੁਹਾਨੂੰ ਬੁਲਾਉਣੇ ਹੈਗੇ ਪੰਜਾਬ ਦੀ ਸਭ ਤੋਂ ਜ਼ਿਆਦਾ ਹੋਟੈਸਟ ਮਾਡਲ ਦੇ ਨਾਲ ਮੈਂ ਬੰਦੇ ਆ ਆਪਾਂ ਬਾਅਦ ਚੋਂ ਲੈਂਦੇ ਹਾਂ ਸ਼ੋਟ ਹੈ ਨਾ ਜੋ ਵੀ ਆ ਹੈ ਨਾ ਇੱਥੋਂ ਐਂ ਕੀਤਾ ਹੈ ਨਾ ਲਾਈਕ ਦਿਸ ਰਾਈਟ ਐਂਡ ਇੱਥੇ ਕਰਕੇ ਇਹਦੇ ਕਰਕੇ ਹੈ ਨਾ ਜਾਂ ਪਹਿਲਾਂ ਥੱਪੜ ਮਾਰ ਕੇ ਐਂ ਕਰਦੇ ਕੁਛ ਵੀ ਹੈ ਨਾ ਜਾਣੀ ਮੈਂ ਤਾਂ ਇੱਕ ਤੁਹਾਨੂੰ ਦੱਸਤਾ ਇੱਕ ਉਹ ਵੀ ਜੈਸਟਰ ਆਪਣੇ ਹੋਣਾ ਚਾਹੀਦਾ ਬਾਅਦ ਚੋਂ ਕਿ ਉਹ ਕਰੈਕਟਰ ਜਿਹਾ ਆ ਜਾਵੇ ਬੰਦੇ ਦਾ ਡਨ 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 ਮੁੜੋ ਸਾਰੇ ਮੁੜ ਜਾਓ ਸਾਰੇ ਮੁੜ ਜਾਓ ਹਾਂ ਪੂਰੇ ਸਟਾਈਲ ਨਾਲ ਤੁਰਨਾ ਹੁਣ ਕਰਨੀਆਂ ਪੈਂਦੀਆਂ ਦੇਖੋ ਸ਼ੋਲਡਰ ਲਾਉਣ ਦੀ ਕੀ ਲੋੜ ਆ ਵਜਣਾ ਨੀ ਕਿਹੜਾ ਸ਼ਹਿਰ ਪੁੱਛਦੀਆਂ ਫੋਨ ਤੇ ਲੈਂਦੀਆਂ ਨੇ ਰੋਕ
ਕਰਕੇ ਲੰਬਾ ਹੀ ਕੰਮ ਚਲਾ ਦਿੱਤਾ। ਠੀਕ ਹੈ ਠੀਕ ਹੈ ਠੀਕ ਹੈ ਯਾਰ, ਮਮਾ ਟ੍ਰਾਈ ਬੋਡੀ ਬਣਾ ਲਿਆ ਮੈਨੂੰ। ਹੈ ਠੀਕ ਆ, ਹਾਂ ਡਨ ਹੈ ਡਨ ਨਾ, ਤਿੰਨ ਚਾਰ ਆ ਗਏ ਕੱਟ ਆ ਜੀ, ਕੱਟ ਕੇ ਲਾ ਦੇ ਸਭ ਤੋਂ ਪਹਿਲਾਂ ਆਉਂਦੇ ਹਨ। ਇਟਸ ਅ ਰੈਪ, ਇਟਸ ਅ ਰੈਪ, ਇਟਸ ਅ ਰੈਪ। ਬਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।